देखो न्यूज़ 18 ने सब तो पहला यह जानकारी दी सी कि कल बैठक जिहड़ी है केंद्र दे नाल किसानां दी होएगी, क्योंकि पंजाब सरकार दे कई सारे सीनियर अधिकारी लगे हुए सीगे। किसानां दी गलबात मुख्यमंत्री भगवंत मान दे नाल भी अज हो रही सी, और मुख्यमंत्री भगवंत मान ने भी केंद्र सरकार दे नाल गलबात की, और हुण जिहड़ी जानकारी मिली है कि किसान ये चाहते ने कि कल की बैठक दे विच जदों केंद्र दे वजीर आन, तीन मंत्री आन, तां उस बैठक दे विच मुख्यमंत्री भगवंत मान भी मौजूद रहन। जगजीत सिंह डल्लेवाल होरां नाल गलबात कर लैंदे आ। डल्लेवाल साहब, अज लगातार पंजाब पुलिस दे सीनियर अधिकारियों नाल गलबात चलती रही, नैगोसीएशन चलता रहा, ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਪੰਜਾਬ ਸੀਐਮ ਨੂੰ ਵੀ ਕੱਲ ਦੀ ਬੈਠਕ 'ਚ ਹੋਣਾ ਚਾਹੀਦਾ। ਤੁਹਾਡੀ ਗੱਲਬਾਤ ਹੋਈ ਪੰਜਾਬ ਸੀਐਮ ਨਾਲ, ਔਰ ਕਿਉਂ ਪੰਜਾਬ ਸੀਐਮ ਨੂੰ ਵੀ ਸ਼ਾਮਲ ਹੋਣਾ ਚਾਹੀਦਾ, ਔਰ ਤੁਹਾਡੀ ਹੁਣ ਤੱਕ ਕੀ ਗੱਲਬਾਤ ਹੋਈ ਹੈ? ਦੇਖੋ, ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਅੱਜ ਸਾਡੀ ਸੀਐਮ ਸਾਹਿਬ ਨਾਲ ਕੋਈ ਗੱਲ ਨਹੀਂ ਹੋਈ, ਲੇਕਿਨ ਇਹ ਜ਼ਰੂਰ ਆ ਗੱਲ ਕਿ ਬਹੁਤ ਸਾਰੇ ਮੁੱਦੇ ਨੇ ਜਿਹੜੇ ਸਾਡੀ ਪੰਜਾਬ ਗਵਰਨਮੈਂਟ ਨਾਲ ਰਿਲੇਟਡ ਨੇ, ਜਿਹਦੇ ਪੰਜਾਬ ਗਵਰਨਮੈਂਟ ਨਾਲ ਰਿਲੇਟਡ ਹੈ, ਤਾਂ ਉਹਨਾਂ ਮੁੱਦਿਆਂ ਨੂੰ ਉੱਥੇ ਜੇਕਰ ਗੱਲ ਚਰਚਾ ਹੁੰਦੀ ਹੈ, ਵਿਚਾਰ ਆਉਂਦੀ ਹੈ, ਤਾਂ ਉਹ ਪੰਜਾਬ ਗਵਰਨਮੈਂਟ ਨੇ ਨੂੰ ਹੀ ਦੇ ਹੱਲ ਕਰਨੇ ਨੇ। ਸਾਡੇ ਜਿਹੜੇ ਅੰਦੋਲਨ ਦੇ ਸ਼ਹੀਦ ਨੇ ਉਹਨਾਂ ਦੇ ਬੱਚਿਆਂ ਦੀਆਂ ਨੌਕਰੀਆਂ ਦਾ ਮਸਲਾ ਹੈ, ਜਾਂ ਕਿਸੇ ਦੀ ਕੰਪਨਸੇਸ਼ਨ ਪਈ ਹੈ ਉਹਦਾ ਮਸਲਾ ਹੈ, ਬਾਕੀ ਮੁੱਦੇ ਵੱਖਰੇ ਨੇ ਜਿਹੜੇ ਇਸ ਅੰਦੋਲਨ ਨਾਲ ਜੁੜੇ ਹੋਏ ਨੇ। ਇੱਕ ਬਹੁਤ ਸੀਰੀਅਸ ਮੁੱਦਾ ਹੈ, ਔਰ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਮੁੱਖ ਮੰਤਰੀ ਜੀ ਜਿਸ ਤਰੀਕੇ ਦੇ ਨਾਲ ਕੋਆਰਡੀਨੇਸ਼ਨ ਕਰਕੇ ਇਸ ਮੀਟਿੰਗਾਂ ਨੂੰ ਅਰੇਂਜ ਕਰਵਾ ਕੇ ਜਾਂ ਸਰਕਾਰ ਦੇ ਨਾਲ ਇਨੀਸ਼ੀਏਟਿਵ ਲੈ ਰਹੇ ਨੇ ਸਾਡੀ ਗੱਲਬਾਤ ਦਾ, ਤੇ ਫਿਰ ਇਹ ਵੀ ਜ਼ਰੂਰੀ ਬਣਦਾ ਹੈ ਕਿ ਇੱਥੇ ਆ ਕੇ ਵਿੱਚ ਬੈਠ ਕੇ ਉਹਦੇ ਵੀ ਮਤਲਬ ਸੌਟ ਆਊਟ ਕਰਨ, ਤਾਂ ਕਿ ਜਿਹੜਾ ਉੱਥੇ ਸਾਡਾ ਧਰਨਾ ਚੱਲ ਰਿਹਾ ਹੈ, ਉੱਥੇ ਸਾਡੇ ਬੰਦੇ ਮਰਨ ਵਰਤੇ ਬੈਠੇ ਨੇ, ਉਹਨਾਂ ਦਾ ਵੀ ਮਸਲਾ ਹੱਲ ਹੋ ਸਕੇ। ਸੀਨੀਅਰ ਪੁਲਿਸ ਅਧਿਕਾਰੀ ਵੀ ਨੇ, ਜਸਕਰਨ ਸਾਹਿਬ, ਲਗਾਤਾਰ ਅੱਜ ਤੁਹਾਡੀ ਗੱਲਬਾਤ ਹੋਈ, ਕੋਆਰਡੀਨੇਸ਼ਨ ਕੀਤਾ ਗਿਆ, ਕਿੱਥੇ ਤੱਕ ਹੁਣ ਸਹਿਮਤੀ ਹੈ, ਔਰ ਕੀ ਮੁੱਖ ਮੰਤਰੀ ਕੱਲ੍ਹ ਦੀ ਬੈਠਕ ਦੇ ਵਿੱਚ ਆਉਣਗੇ ਜਾਂ ਕਹਿ ਰਹੇ ਨੇ ਕਿ ਉਹਨਾਂ ਨੂੰ ਵੀ ਸ਼ਾਮਲ ਹੋਣਾ ਚਾਹੀਦਾ? ਤੁਹਾਨੂੰ ਪਤਾ ਹੀ ਹੈ, ਜਿਵੇਂ ਲਗਾਤਾਰ ਸੀਐਮ ਸਾਹਿਬ ਨੇ ਦੋ ਮੀਟਿੰਗਸ ਪਹਿਲਾਂ ਅਰੇਂਜ ਕਰਾ ਲਈਆਂ, ਔਰ ਇਹ ਸੈਂਟਰ ਦੇ ਨਾਲ, ਕਿਉਂਕਿ ਕੁਛ ਮਸਲੇ ਇਹਨਾਂ ਦੇ ਸੈਂਟਰਲ ਗਵਰਨਮੈਂਟ ਨਾਲ ਸੀਗੇ, ਔਰ ਉਹਨਾਂ ਨੇ ਕੋਆਰਡੀਨੇਸ਼ਨ ਕਰਾਇਆ, ਔਰ ਡੱਲੇਵਾਲ ਸਾਹਿਬ ਇਹਨਾਂ ਨਾਲ ਲਗਾਤਾਰ ਚਰਚਾ ਦੇ ਵਿੱਚ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ, ਕਿਉਂਕਿ ਕਿਸਾਨੀ ਦੇ ਨਾਲ ਹੈਗਾ, ਔਰ ਪੰਜਾਬ ਇੱਕ ਐਗਰੇਰੀਅਨ ਸਟੇਟ ਹੈ, ਔਰ ਸੀਐਮ ਸਾਹਿਬ ਇਸ ਚੀਜ਼ ਦੇ ਉੱਤੇ ਬਹੁਤ ਇਹ ਧਿਆਨ ਰੱਖਦੇ ਨੇ ਕਿ ਇਹ ਸਾਰੇ ਜਿਹੜੇ ਹੈਗੇ ਮਸਲੇ ਹੱਲ ਹੋਣੇ ਚਾਹੀਦੇ ਆ। ਸੋ ਬਾਖੂਬੀ ਉਹਦੀ ਕੋਆਰਡੀਨੇਸ਼ਨ ਦੀ ਲੋੜ ਸੀਗੀ, ਉਹ ਕੋਆਰਡੀਨੇਸ਼ਨ ਹੋ ਰਹੀ ਹੈ। ਲੋ ਐਂਡ ਆਰਡਰ ਦੀ ਵੀ ਕੋਈ ਗੱਲਬਾਤ ਹੋਈ, ਕਿਉਂਕਿ ਇਸ ਗੱਲ 'ਤੇ ਵੀ ਡੱਲੇਵਾਲ ਹੋਰੀ ਇਤਰਾਜ਼ ਜ਼ਾਹਰ ਕਰ ਰਹੇ ਸੀ ਕਿ ਹਰਿਆਣਾ ਵਾਲੇ ਪਾਸੋਂ ਡਰੋਨ ਜਿਹੜੇ ਪੰਜਾਬ ਦੀ ਹੱਦ 'ਤੇ ਕਿਉਂ ਆ ਰਹੇ, ਇਸ ਬਾਬਤ ਸ਼ਿਕਾਇਤ ਵੀ ਦਿੱਤੀ ਗਈ। ਦੇਖੋ, ਅਸੀਂ ਲਗਾਤਾਰ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਹੈ, ਇਹ ਇੱਕ ਪੰਜਾਬ ਔਰ ਹਰਿਆਣਾ ਦੇ ਬਾਰਡਰ ਦੇ ਉੱਤੇ ਹੈ ਨੇ, ਉਸ ਦੇ ਵਿੱਚ ਬਹੁਤ ਸਾਰੇ ਇਸ਼ੂਜ਼ ਆ ਜਾਂਦੇ ਨੇ, ਬਹੁਤ ਸਾਰੇ ਜਿਹੜੇ ਇਹਨਾਂ ਦੇ ਨਾਲ ਸਾਥੀ ਆਏ ਹੁੰਦੇ ਨੇ ਔਰ ਅੰਦੋਲਨਕਾਰੀ ਆਏ ਹੁੰਦੇ ਨੇ, ਯੂਥ ਹੁੰਦਾ। ਸੋ ਸਾਡੀ ਇਸ ਗੱਲ 'ਤੇ ਵੀ ਕੱਲ੍ਹ ਰਾਤ ਵੀ ਕਾਫੀ ਲੰਬੀ ਚਰਚਾ ਹੋਈ ਹੈ, ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਸਾਡੇ ਜਿਹੜੇ ਇਹ ਵਰਕਰਸ ਨੇ ਜਾਂ ਜਿਹੜੇ ਸਾਡੇ ਮੈਂਬਰਸ ਨੇ ਉਹਨਾਂ ਨੂੰ ਵੀ ਬਿਲਕੁਲ, ਕਿਉਂਕਿ ਜੋ ਮਸਲਾ ਹੈਗਾ ਕੋਈ ਲਾਅ ਐਂਡ ਆਰਡਰ ਦਾ ਨਾ ਬਣੇ, ਰਾਦਰ ਇਹਨਾਂ ਨੇ ਵਿਸ਼ਵਾਸ ਵੀ ਦਿੱਤਾ, ਔਰ ਉਹਦੇ ਵਿੱਚ ਵੀ ਅਸੀਂ ਹੋਰ ਵੀ ਮੈਕੇਨਿਜ਼ਮ ਬਣਾਵਾਂਗੇ। ਰਾਦਰ ਇਹ ਵੀ ਗੱਲ ਹੋਈ ਸੀਗੀ ਕਿ ਕੋਈ ਵੀ ਇਹਨਾਂ ਨੇ ਵੀ ਅਪੀਲ ਕੀਤੀ ਹੈ, ਕੋਈ ਇਹੋ ਜਿਹੀ ਜਗ੍ਹਾ ਦੇ ਵਿੱਚ ਕੋਈ ਵੈਪਨਰੀ ਨਾ ਲੈ ਕੇ ਆਵੇ, ਕੋਈ ਇਹੋ ਜਿਹਾ ਕਿਰਪਾਨ ਜਾਂ ਹੋਰ ਨਾ ਲੈ ਕੇ ਆਵੇ, ਕਿਉਂਕਿ ਨੋਰਮਲ ਦੇਖਿਆ ਗਿਆ ਕਿ ਜਿਹੜੇ ਕੋਈ ਇਹੋ ਜਿਹਾ ਐਲੀਮੈਂਟ ਆ ਜਾਂਦਾ ਜਿਹੜਾ ਮਾਹੌਲ ਖਰਾਬ ਦੇ ਦਿੰਦਾ, ਜਿਹਦੇ ਨਾਲ ਇਹਨਾਂ ਦਾ ਵੀ ਜਿਹੜਾ ਅੰਦੋਲਨ ਆ ਉਹ ਵੀ ਖਰਾਬ ਹੁੰਦਾ। ਸੋ ਅਸੀਂ ਇਨਸ਼ੋਰ ਕਰ ਰਹੇ ਹਾਂ ਕਿ ਇਹ ਨਾ ਹੋਵੇ, ਔਰ ਇਹਨਾਂ ਦੇ ਨਾਲ ਅਸੀਂ ਕੋਆਰਡੀਨੇਟ ਕਰਕੇ ਜਿਹੜਾ ਉਹ ਜਿਹੜਾ ਇਹੋ ਜਿਹੀ ਚੀਜ਼ ਰਵੇ, ਔਰ ਜਿਹੜਾ ਅੱਜ ਇੱਕ ਅਨਸੁਹਾਣੀ ਘਟਨਾ ਵਾਪਰੀ ਹੈ, ਕੋਈ ਜਿਹੜਾ ਪੱਤਰਕਾਰ ਸੀਗਾ ਉਹ ਹੁਣ ਅਸੀਂ ਉਹਨਾਂ ਨੂੰ ਹੋਸਪਿਟਲ ਵੀ ਦੇਖ ਰਿਹਾ, ਉਹਨਾਂ ਜੋ ਵੀ ਏਡ ਬੰਦੀ ਹੋਏਗੀ, ਉਹਨਾਂ ਦੇ ਸਿਰ 'ਤੇ ਸੱਟ ਲੱਗੀ ਹੈ, ਕਿ ਜਿਹੜਾ ਮਿਸਹੈਪ ਹੋਇਆ ਜਾਂ ਉਹ ਜਿਹੜਾ ANI ਦਾ ਰਿਪੋਰਟਰ ਹੈ ਉਹਦੇ 'ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਉਹਦੇ ਜਿਹੜੇ
ਸਿਰ ਤੇ ਸੱਟ ਲੱਗੀ ਹੈ, ਅਸੀਂ ਹੁਣ ਹਸਪੀਟਲ ਦਲਿਆਲ ਸਾਹਿਬ ਦੇ ਨਾਲ ਹੀ ਜਾ ਰਹੇ ਹਾਂ ਔਰ ਉਹਦਾ ਕੇਅਰ ਟੇਕ ਕੇਅਰ ਕਰਾਂਗੇ। ਔਰ ਮੈਂ ਗੱਲਵਾਲ ਸਾਹਿਬ ਇੱਕ ਚੀਜ਼ ਹੋਰ ਸਮਝਣਾ ਚਾਹੁੰਦੇ ਹਾਂ, ਕਿਉਂਕਿ 12 ਮੰਗਾਂ ਨੇ ਮੋਟੀਆਂ ਮੋਟੀਆਂ, 6-6 ਘੰਟੇ ਦੀ ਦੋ ਦੌਰ ਦੀ ਬੈਠਕ ਹੋ ਗਈ ਹੈ, ਕੋਈ ਨੈਗੋਸੀਏਸ਼ਨ ਹੋ ਸਕਦੀ ਹੈ ਕੁਛ ਗੱਲਾਂ ਤੇ, ਤੁਸੀਂ ਕਹਿ ਸਕਦੇ ਹੋ ਕਿ ਇੱਥੋਂ ਤੱਕ ਜਿਹੜਾ ਵੈ ਸਹਿਮਤੀ ਹੋ ਸਕਦੀ ਹੈ, ਕਿਉਂਕਿ ਸੈਂਟਰ ਕੋਲ ਤਾਂ ਇੱਕ ਬੜਾ ਸੌਖਾ ਜਿਹਾ ਜਵਾਬ ਹੈ ਕਿ ਪਾਰਲੀਮੈਂਟ ਦਾ ਸਮਾਂ ਨਿਕਲ ਗਿਆ, ਹੁਣ ਜਦੋਂ ਸਾਡੀ ਨਵੀਂ ਗਵਰਨਮੈਂਟ ਆਏਗੀ ਉਦੋਂ ਦੇਖਾਂਗੇ, ਕਮੇਟੀ ਦੇ ਵਿੱਚ ਤੁਹਾਨੂੰ ਸ਼ਾਮਲ ਕਰ ਦਿੰਦੇ ਹਾਂ, ਪ੍ਰਪੋਜ਼ਲ ਵੀ ਦਿੱਤਾ ਸੀਗਾ ਕਿ ਤੁਸੀਂ ਦੱਸੋ ਕਿੰਨੇ ਨੁਮਾਇੰਦੇ ਕਰਨੇ ਹੈ, ਕੌਣ ਕੌਣ ਸ਼ਾਮਲ ਹੋਣਾ ਚਾਹੀਦਾ ਵੈ? ਦੇਖੋ ਸਾਨੂੰ ਕਮੇਟੀ ਦੇ ਵਿੱਚ ਸ਼ਾਮਲ ਹੋਣ ਦਾ ਕੋਈ ਸ਼ੌਕ ਨਹੀਂ ਹੈ, ਨਾ ਸਾਨੂੰ ਕਮੇਟੀਆਂ ਦੇ ਉੱਤੇ ਕੋਈ ਵਿਸ਼ਵਾਸ ਹੈ। ਸਾਡੇ ਮੁੱਦੇ ਨੇ, ਮਸਲੇ ਨੇ ਸਰਕਾਰ ਦੇ ਕੋਲ, ਇਹ ਨਵੀਆਂ ਡਿਮਾਂਡਸ ਨਹੀਂ ਹੈ, ਇਹ ਸਾਰੇ ਦੇ ਸਾਰੇ ਪੁਰਾਣੇ ਹੀ ਸਰਕਾਰ ਨੇ ਸਾਡੇ ਨਾਲ ਹਰ ਕਿਸੇ ਅੰਦੋਲਨ ਦੇ ਵਿੱਚ, ਕਦੇ ਕਿਸੇ ਚੋਣਾਂ ਦੇ ਮਾਹੌਲ 'ਚ ਇਹਨਾਂ ਨੇ ਕਮਿਟਮੈਂਟ ਕੀਤੀਆਂ ਨੇ ਸਰਕਾਰਾਂ ਨੇ ਸਾਡੇ ਨਾਲ, ਪਰ ਸਾਡਾ ਮਤਲਬ ਇਹ ਹੈ ਕਿ ਉਹ ਉਦੋਂ ਤੋਂ ਕੀਤੀਆਂ ਹੋਈਆਂ ਕਮਿਟਮੈਂਟਸ ਆ, ਅਗਰ ਹੁਣ ਤੱਕ ਹੱਲ ਹੋ ਜਾਣੀਆਂ ਚਾਹੀਦੀਆਂ ਸੀ। ਪਰ ਪੰਜਾਬ ਦੇ ਲੋਕ ਇਹ ਜਾਣਨਾ ਚਾਹੁੰਦੇ, ਸਮਝਣਾ ਚਾਹੁੰਦੇ ਹੈ ਕਿ ਗੱਲ ਬਣੇਗੀ ਕਿੱਥੇ, ਅਗਰ ਸੌਖੇ ਸ਼ਬਦਾਂ 'ਚ ਸਮਝੀਏ ਕਿ ਗੱਲ ਕਿੱਥੇ ਬਣੇਗੀ, ਕਿੱਥੇ ਤੱਕ ਸਿਰੇ ਨਿਬੜੇਗੀ ਕੱਲ੍ਹ ਦੀ ਮੀਟਿੰਗ ਦੀ ਗੱਲ ਕੀਤੀ ਜਾਵੇ। ਦੇਖੋ ਇਹ ਤਾਂ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੱਲ੍ਹ ਦੀ ਮੀਟਿੰਗ ਦੇ ਵਿੱਚੋਂ ਕੀ ਪੋਜ਼ਿਟਿਵ ਨਿਕਲਦਾ, ਕੀ ਰਿਜ਼ਲਟ ਆਉਂਦਾ, ਮੀਟਿੰਗ ਤੋਂ ਬਾਅਦ ਹੀ ਦੱਸਿਆ ਜਾਵੇ। ਉਦੋਂ ਤੱਕ ਤੁਸੀਂ ਇਹ ਕਹਿ ਦਿੱਤਾ ਕਿ ਕੋਈ ਵੀ ਅੱਗੇ ਨਹੀਂ ਵਧੇਗਾ, ਐਲਾਨ ਕਰ ਦਿੱਤਾ, ਜੇਕਰ ਕੋਈ ਅੱਗੇ ਵਧਦਾ ਹੈ ਤਾਂ ਫਿਰ ਕੀ ਹੋਏਗਾ ਜਾਂ ਕਿਸ ਤਰੀਕੇ ਨਾਲ? ਅਸੀਂ ਬਿਲਕੁਲ ਇਹ ਕਿਹਾ ਹੋਇਆ ਔਰ ਇੱਥੋਂ ਅੱਜ ਪ੍ਰੈਸ ਤੋਂ ਵੀ ਇਹ ਕਿਹਾ ਕਿ ਕੋਈ ਵੀ ਨੌਜਵਾਨ, ਕੋਈ ਵੀ ਵੀਰ, ਕੋਈ ਕਿਸਾਨ ਕਿਸੇ ਤਰ੍ਹਾਂ ਦਾ ਅੱਗੇ ਨਾ ਵਧੂਗਾ, ਕਿਉਂਕਿ ਜਦੋਂ ਗੱਲਬਾਤ ਆ ਰਹੀ ਆਈ ਹੈ ਤਾਂ ਗੱਲਬਾਤ ਸੁਣਨ ਤੋਂ ਬਗੈਰ। ਤੁਸੀਂ ਇਹ ਵੀ ਰੱਖੀ ਗੱਲ ਇਹਨਾਂ ਦੇ ਸਾਹਮਣੇ ਕਿ ਅਸੀਂ ਪਿੱਛੇ ਖੜੇ ਸੀ, ਫਿਰ ਉਧਰੋਂ ਹੰਝੂ ਗੈਸ ਦੇ ਗੋਲੇ ਜਿਹੜੇ ਨੇ ਉਹ ਆ ਰਹੇ। ਇਹੀ ਮੈਂ ਤੁਹਾਨੂੰ ਇਸ ਗੱਲ ਤੇ ਜਾ ਰਿਹਾ ਸੀ ਕਿ ਉਸ ਤੋਂ ਵੱਖਰੀ ਜਿਹੜੀ ਘਟਨਾ ਵਾਪਰੀ ਹੈ, ਅਸੀਂ ਇਹਨਾਂ ਨੂੰ ਵੀਡੀਓਜ਼ ਵੀ ਇਹਨਾਂ ਦੇ ਸਾਹਮਣੇ ਰੱਖੀਆਂ ਅਧਿਕਾਰੀਆਂ ਦੇ, ਕਿਉਂਕਿ ਸਾਨੂੰ ਲਗਾਤਾਰ ਇਹ ਸੀਗਾ ਕਿ ਤੁਸੀਂ ਪੰਜਾਬ ਗਵਰਨਮੈਂਟ ਘੱਟੋ ਘੱਟ ਇਹਦੇ ਤੇ ਐਕਸ਼ਨ ਲਵੇ, ਇਹਦੇ ਤੇ ਇਹਨੂੰ ਆਪਣੇ ਹੱਥਾਂ ਦੇ ਵਿੱਚ ਲੈ ਕੇ ਇਹਨੂੰ ਹੈਂਡਲ ਕਰੇ, ਕਿਉਂਕਿ ਅਗਰ ਹਰਿਆਣੇ ਤੋਂ ਸਾਡੇ ਏਰੀਏ ਦੇ ਵਿੱਚ ਬੈਠੇ ਲੋਕਾਂ ਦੇ ਉੱਤੇ ਸ਼ੈਲਿੰਗ ਹੋ ਰਹੀ ਹੈ, ਉਹਨਾਂ ਤੇ ਗੋਲੀ ਚਲਾਈ ਜਾ ਰਹੀ ਹੈ, ਤਾਂ ਫਿਰ ਤਾਂ ਬੜੀ ਮਾੜੀ ਗੱਲ ਹੈ। ਤਾਂ ਇਹਨਾਂ ਨੇ ਉਹਨਾਂ ਨਾਲ ਵਾਰ ਵਾਰ ਮਤਲਬ ਟਾਈ ਅਪ ਵੀ ਕੀਤਾ, ਗੱਲਬਾਤ ਹੋਈ ਹੈ ਔਰ ਉਹਦੇ 'ਚ ਉਹਨਾਂ ਨੇ ਵਿਸ਼ਵਾਸ ਵੀ ਦਵਾਇਆ ਕਿ ਬਿਲਕੁਲ ਅੱਗੇ ਅਜਿਹਾ ਨਹੀਂ ਹੋਏਗਾ। ਪੰਜਾਬ ਪੇਚਾ ਕੇਂਦਰ ਨਾਲ ਹੈ, ਪੰਜਾਬ ਸਰਕਾਰ ਦਾ ਰਵੱਈਆ ਇਸ ਵੇਲੇ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਦੇਖੋ ਮੈਂ ਕਹੂੰਗਾ ਕਿ ਪੰਜਾਬ ਸਰਕਾਰ ਦਾ ਤਾਂ ਇਹਦੇ 'ਚ ਕੋਈ ਬਹੁਤਾ ਮੁੱਦਾ ਨਹੀਂ ਸੀਗਾ, ਜਿਹੜੀ ਸਰਕਾਰ ਦਾ ਮੁੱਦਾ ਨਾ ਹੋਵੇ ਉਹ ਸਰਕਾਰ ਦੇ ਬਾਰੇ ਕੋਈ ਗੱਲ ਮੈਨੂੰ ਲੱਗਦਾ ਕਹਿਣੀ ਕੋਈ ਠੀਕ ਨਹੀਂ ਹੁੰਦੀ। ਜੇਕਰ ਕੱਲ ਸੀਐਮ ਬੈਠਦੇ ਨੇ, ਕਹੋਗੇ ਸੀਐਮ ਨੂੰ ਕਿ ਇਹ ਗੱਲ ਕੇਂਦਰ ਦੇ ਸਾਹਮਣੇ ਮਜ਼ਬੂਤੀ ਨਾਲ ਰੱਖੇ, ਫੈਸਲਾ ਹੋਣਾ ਚਾਹੀਦਾ, ਕੀ ਕਹੋਗੇ ਸੀਐਮ? ਓਕੇ 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 ਓਕੇ, ਪੋਜ਼ਿਟਿਵ ਗੱਲ ਲੈ ਕੇ ਜਾਵਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਸੀਐਮ ਸਾਹਿਬ ਖੁਦ ਸਗੋਂ ਕੇਂਦਰ ਦੇ ਸਾਹਮਣੇ ਇਸ ਗੱਲ ਨੂੰ ਰੱਖਣ, ਕਿਉਂਕਿ ਅਸੀਂ ਸਾਦੀ ਉਹਨਾਂ ਨੂੰ ਇਹ ਸਾਚਦੇ ਰਹੇ ਹਾਂ ਕਿ ਤੁਸੀਂ ਪੰਜਾਬ ਦੇ ਮਾਲਕ ਹੋ, ਅਸੀਂ ਪੰਜਾਬ ਦੇ ਵਸ਼ਿੰਦੇ ਹਾਂ, ਅਸੀਂ ਪੰਜਾਬ ਦੀ ਹੱਦ 'ਚ ਬੈਠੇ ਹਾਂ, ਤਾਂ ਤੁਹਾਡੀ ਹੱਦ 'ਚ ਬੈਠੇ ਹਾਂ, ਸਾਡੇ ਤੇ ਦੂਜੀ ਸਟੇਟ ਦੇ ਲੋਕਾਂ ਵੱਲੋਂ ਜਾਂ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਇਹ ਕਾਰਵਾਈ ਹੋਣੀ ਮਤਲਬ ਠੀਕ ਨਹੀਂ ਹੈ, ਤਾਂ ਕਿ ਕਿਸੇ ਤਰ੍ਹਾਂ ਦਾ ਕੱਲ੍ਹ ਨੂੰ ਸਾਡਾ ਪ੍ਰਸ਼ਾਸਨ ਆ ਜਿਹੜਾ ਇਕੱਲਾ ਪ੍ਰਸ਼ਾਸਨ ਦੇ ਹੋ ਸਕਦਾ ਉਹ ਗੱਲ ਨਾ ਗੌਰ ਕਰਦੇ ਹੋਣ, ਇਸ ਕਰਕੇ ਇਹ ਲਗਾਤਾਰ ਪ੍ਰਸ਼ਾਸਨ ਵੀ ਯਤਨਸ਼ੀਲ ਰਿਹਾ ਤੇ ਸਾਡਾ ਸੀਐਮ ਸਾਹਿਬ। ਕਿੰਨੇ ਫੱਟੜ ਲੋਕ ਹੋ ਗਏ ਨੇ, ਕਿੰਨੇ ਜ਼ਖਮੀ ਹੋਏ ਨੇ? ਦੇਖੋ ਅੱਜ ਕੱਲ ਜਿਹੜੀ ਸੀਗੀ ਹਸਪੀਟਲ ਦੇ ਵਿੱਚੋਂ ਮੈਨੂੰ ਰਿਪੋਰਟ ਮਿਲੀ ਸੀ, ਉਹ ਲਗਭਗ 100 ਦੇ ਕਰੀਬ ਆਦਮੀਆਂ ਨੂੰ ਮਤਲਬ ਜ਼ਖਮ ਹੋਏ ਸੀ, ਫੱਟੜ ਹੋਇਆ ਦੋ, ਇੱਕ ਦੀ ਅੱਖ ਵਿਚਾਰੇ ਦੀ ਮਤਲਬ ਮੈਨੂੰ ਲੱਗਦਾ ਪਤਾ ਲੱਗਿਆ ਕਿ ਚਲੀ ਗਈ ਹੈ, ਲੇਕਿਨ ਅੱਜ ਸਾਰਾ ਦਿਨ ਅਸੀਂ ਮੀਟਿੰਗਾਂ 'ਚ ਰਹਿ ਗਏ, ਉਹਦਾ ਪਤਾ ਨਹੀਂ ਲੈਣ ਗਿਆ ਭਾਵੇਂ ਰਾਤ ਨੂੰ। ਹੁਣ ਅੱਗੇ ਦਾ ਰਣਨੀਤੀ ਕੀ ਹੈ, ਸਾਰੇ ਲੋਕ ਦੇਖ ਰਹੇ ਨੇ ਜਿਹੜੇ ਮੋਰਚੇ ਤੇ ਵੀ ਬੈਠੇ, ਤੁਹਾਡੀ ਹੁਣ ਅਗਲੀ ਸਟ੍ਰੈਟਜੀ ਕੀ ਹੈ? ਦੇਖੋ ਅਗਲੀ ਸਟ੍ਰੈਟਜੀ ਇਹ ਹੈ ਕਿ ਜਿੰਨੀ ਦੇਰ ਤੱਕ ਸਾਡੀ ਮੀਟਿੰਗ ਦਾ ਸਮਾਂ ਹੈ, ਅਸੀਂ ਮੀਟਿੰਗ ਤੱਕ ਕਿਸੇ ਤਰ੍ਹਾਂ ਦੀ ਅਸੀਂ ਸਾਡੇ ਕਿਸਾਨਾਂ ਨੂੰ, ਦੋਨਾਂ ਮੋਰਚਿਆਂ ਦੇ ਬੈਠੇ ਸਾਡੇ ਕਿਸਾਨਾਂ ਨੂੰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਪੀਲ ਕਰਾਂਗੇ ਕਿ ਸ਼ਾਂਤੀ ਬਣਾ ਕੇ ਰੱਖੋ,
ਕੋਈ ਅੱਗੇ ਨਾ ਵਧੇ। ਹੋ ਸਕਦਾ ਸਰਕਾਰ ਕੱਲ ਨੂੰ ਆਪਾਂ ਨੂੰ ਇਹ ਨਾ ਬਲੇਮ ਕਰੇ ਕਿ ਜੀ ਤੁਹਾਡੇ ਮਸਲੇ ਦਾ ਅਸੀਂ ਹੱਲ ਕੀ ਕਰੀਏ, ਅਸੀਂ ਤੁਹਾਡੇ ਨਾਲ ਮੀਟਿੰਗ 'ਚ ਬੈਠੇ ਹਾਂ, ਤੁਹਾਡੇ ਲੋਕਾਂ ਨੇ ਚੱਕ ਕੇ ਵਾਇਓਲੇਸ਼ਨ ਕਰਤੀ। ਆਪਣੇ ਵੰਨੀਓ ਕਿਸੇ ਤਰ੍ਹਾਂ ਦਾ ਨਹੀਂ ਇਹ ਹੋਣਾ ਚਾਹੀਦਾ। ਮੀਟਿੰਗ ਤੱਕ ਵੇਖਾਂਗੇ, ਮੀਟਿੰਗ ਤੋਂ ਬਾਅਦ ਆ ਕੇ ਤੁਹਾਨੂੰ ਸਾਰੀ ਗੱਲ ਦੱਸਾਂਗੇ। ਅੱਗੇ ਵਧਣ ਦੀ ਤਿਆਰੀ ਹੋਏਗੀ ਜੇਕਰ ਗੱਲ ਨਹੀਂ ਬਣਦੀ ਜਾਂ ਇੱਥੇ ਹੀ ਮੋਰਚਾ ਪੱਕਾ ਲਾ ਦਿੱਤਾ ਜਾਏ? ਇੱਥੇ ਲਾਉਣ ਵਾਲੀਆਂ ਗੱਲਾਂ ਦਾ ਜੇ ਬਾਹਰ 'ਚ ਦੇਖਾਂਗੇ ਨਾ, ਮੀਟਿੰਗ ਦਾ ਵਿਸ਼ਾ ਇਹ ਬਹੁਤ ਵੱਡੀ ਮੀਟਿੰਗ ਹੋਏਗੀ, ਮੀਟਿੰਗ 'ਚ ਵਿਚਾਰਾਂਗੇ। ਦੂਸਰਾ ਵੀ ਇੱਕ ਹਲਕੇ ਫੁਲਕੇ ਮੂਡ ਦੇ ਵਿੱਚ ਪਿਊਸ਼ ਗੋਇਲ ਨੇ ਪਹਿਲੀ ਮੀਟਿੰਗ 'ਚ ਕਿਹਾ ਸੀ ਕਿ ਮਹਿਮਾਨ ਨਵਾਜ਼ੀ ਨਹੀਂ ਕੀਤੀ, ਸਰੋਂ ਦਾ ਸਾਗ ਨਹੀਂ ਲੈ ਕੇ ਆਏ, ਮੱਕੀ ਦੀ ਰੋਟੀ ਨਹੀਂ ਲੈ ਕੇ ਆਏ, ਕੱਲ੍ਹ ਲੈ ਕੇ ਜਾਓਗੇ? ਦੇਖੋ ਮੈਨੂੰ ਲੱਗਦਾ ਇਹਨਾਂ ਗੱਲਾਂ ਦੀ ਕੋਈ ਬਹੁਤੀ ਮਤਲਬ ਅਹਿਮੀਅਤ ਨਹੀਂ ਹੁੰਦੀ। ਸਰੋਂ ਦਾ ਸਾਗ, ਮੱਕੀ ਦੀ ਰੋਟੀ ਸਾਰੇ ਸਿਰੇ ਜਦੋਂ ਤੋਂ ਪਿਛਲੀ ਮੀਟਿੰਗ ਜਦੋਂ ਤੁਸੀਂ ਤਲਕ ਹੋ ਗਏ ਸੀ, ਉਹਨਾਂ ਨੇ ਮਾਹੌਲ ਸ਼ਾਂਤ ਕਰਨ ਲਈ ਤੁਹਾਨੂੰ ਕਿਹਾ ਸੀ, ਕਈ ਵਾਰ ਸੈਂਟਰ ਇਸ ਮੂਡ 'ਚ ਵੀ ਹੁੰਦੀ, ਲੈ ਕੇ ਜਾਓਗੇ ਜਾਂ? ਦੇਖੋ ਸੈਂਟਰ ਨੂੰ ਅਗਰ ਇਹ ਕਵੇ ਸੈਂਟਰ ਕਿ ਸਾਨੂੰ ਅਸੀਂ ਸਾਗ ਨਾਲ ਰੋਟੀ ਖਾਣੀ ਆ, ਮੱਕੀ ਦੀ ਰੋਟੀ ਖਾਣੀ ਆ, ਸਾਨੂੰ ਕੀ ਦਿੱਕਤ ਆ, ਸਾਡੇ ਘਰੇ ਆਉਣਗੇ, ਲੇਕਿਨ ਪੋਜ਼ਿਟਿਵ ਹੋ ਕੇ ਮਸਲੇ ਦਾ ਹੱਲ ਕਰ, ਉਹ ਮਾਲਕ ਨੇ ਉਹ ਕਰ ਸਕਦੇ ਨੇ। ਠੀਕ ਹੈ, ਤਾਂ ਜਗਜੀਤ ਸਿੰਘ ਡੱਲੇਵਾਲ ਜਾਣਕਾਰੀ ਦੱਸ ਰਹੇ ਸੀਗੇ ਕਿ ਕਿਸ ਤਰੀਕੇ ਦੀ ਤਿਆਰੀ ਰਹੇਗੀ। ਮੇਰੇ ਨਾਲ ਜਸਕਰਨ ਜੀ ਹੁਣ ਕੀ ਲੱਗਦਾ, ਅੱਜ ਕਾਫੀ ਜ਼ਿਆਦਾ ਫੱਟੜ ਵੀ ਹੋਏ, ਲੋਕ ਜ਼ਖਮੀ ਵੀ ਹੋਏ, ਤੁਸੀਂ ਨੈਗੋਸੀਏਸ਼ਨ ਕੀਤੀ, ਨੈਗੋਸੀਏਸ਼ਨ ਕਿੱਥੋਂ ਤੱਕ ਬਣੀ, ਕੀ ਕੁਛ ਸੀਐਮ ਕਹਿ ਰਹੇ ਨੇ, ਕੀ ਕੁਛ ਗੱਲਬਾਤ ਜਿਹੜੀ ਹੋ ਰਹੀ? ਦੇਖੋ ਬੇਸਿਕਲੀ ਇਸ ਦੇ ਵਿੱਚ ਸੀਐਮ ਸਾਹਿਬ ਨੇ ਕਾਫੀ ਪ੍ਰੋਐਕਟਿਵ ਲੈ ਕੇ ਦੋ ਤਿੰਨ ਮੀਟਿੰਗਸ ਇਹਨਾਂ ਨਾਲ ਕਰਾਈਆਂ। ਅੱਜ ਵੀ ਇਹਨਾਂ ਨਾਲ ਉਹਨਾਂ ਦੀ ਡਾਇਰੈਕਸ਼ਨ 'ਤੇ ਅਸੀਂ ਇਹਨਾਂ ਨਾਲ ਕਿਸਾਨ ਯੂਨੀਅਨਸ ਨਾਲ ਗੱਲ ਕੀਤੀ। ਸਭ ਤੋਂ ਪਹਿਲਾਂ ਤਾਂ ਇਹੀ ਮਸਲਾ ਸੀਗਾ ਕਿ ਇਹ ਬਿਲਕੁਲ ਆਪਣਾ ਤਰੀਕੇ ਦੇ ਨਾਲ ਅਨੁਸ਼ਾਸਨ ਦੇ ਨਾਲ ਰਹਿਣ, ਸੈਂਟਰ ਦੇ ਨਾਲ ਵੀ ਜਿਹੜੇ ਇਹਨਾਂ ਦੇ ਮਸਲੇ ਸੀਗੇ ਉਹਨਾਂ ਦੇ ਬਾਰੇ ਇਹਨਾਂ ਨਾਲ ਵਿਚਾਰ ਵਿਮਰਸ਼ ਕੀਤਾ ਹੈ। ਔਰ ਕੱਲ੍ਹ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਹਨਾਂ ਨਾਲ ਜਿਹੜੇ ਆ ਫਿਰ ਇੱਕ ਕੜੀ ਦਾ ਰੋਲ ਪਲੇ ਕਰਕੇ ਜਿਹੜਾ ਪੋਜ਼ਿਟਿਵਿਟੀ ਹੈਗੀ ਹੈ ਉਹ ਅਸੀਂ ਪੂਰੀ ਹੋਏਗਾ ਕਿ ਤਾਂ ਕਿ ਜਿਹੜਾ ਕਿਸਾਨੀ ਮੁੱਦੇ ਹੈ ਉਹ ਇਹ ਖਤਮ ਹੋਣ। ਔਰ ਸੀਐਮ ਆਣਗੇ ਕੱਲ੍ਹ ਦੀ ਮੀਟਿੰਗ, ਕੱਲ੍ਹ ਦੀ ਸੀਐਮ ਸਾਹਿਬ ਦਾ ਜਿੱਦਾਂ ਹੁਣ ਇਹਨਾਂ ਨੇ ਅਪੀਲ ਵੀ ਕੀਤੀ ਹੈ ਕਿਉਂਕਿ ਉਹਨਾਂ ਦਾ ਬੜਾ ਵੱਡਾ ਰੋਲ ਹੈ, ਸੋ ਨੈਚੁਰਲੀ ਉਹਨਾਂ ਦਾ ਇਹਦੇ 'ਤੇ ਆਉਂਦਾ ਹੋਏਗਾ। ਔਰ ਇਹ ਵਾਰ ਵਾਰ ਇਹੀ ਕਹਿ ਰਹੇ ਸੀਗੇ ਕਿ ਸਾਡਾ ਜਿਹੜਾ ਹੱਥ ਫੜ ਕੇ ਜਿਹੜਾ ਉਹ ਕਰੋ, ਔਰ ਐਗਰੇਰੀਅਨ ਸਟੇਟ ਹੈ, ਸਾਡੇ ਵੀ ਪੂਰੇ ਇੰਟਰਸਟ ਹੈ। ਔਰ ਕਿਤੇ ਨੈਗੋਸੀਏਸ਼ਨ ਹੋ ਸਕਦੀ ਕਿਸੇ ਗੱਲ 'ਤੇ, ਕਿਉਂਕਿ MSP ਦਾ ਕਾਨੂੰਨ 'ਤੇ ਉਹ ਕਹਿ ਰਹੇ ਪੋਲਸੀ ਮੈਟਰ, ਨੈਗੋਸੀਏਸ਼ਨ ਕਿੱਥੇ ਹੋ ਸਕਦੀ ਜਾਂ ਕਿਹੜੀਆਂ ਗੱਲਾਂ ਸੈਂਟਰ ਜਿਹੜੀ ਉਹ ਮੰਨ ਸਕਦੀ? ਦੇਖੋ ਇਹ ਲਾਸਟ ਟਾਈਮ ਵੀ ਇਹ ਬਣਿਆ ਸੀ, ਕੁਝ ਐਡਮਿਨਿਸਟ੍ਰੇਟਿਵ ਮੈਟਰ ਸੀਗੇ ਜਿਹਦੇ ਵਿੱਚ ਲਖੀਮਪੁਰ ਖੇੜੀ ਔਰ ਸੀਐਮ ਸਾਹਿਬ ਨੇ ਕਾਫੀ ਇਸ ਜ਼ੋਰ ਦਿੱਤਾ ਸੀ ਕਿ ਜਿਹੜਾ ਆਪਾਂ ਇਮੀਡੀਏਟਲੀ ਕਰ ਸਕਦੇ ਹਾਂ ਉਹ ਹੋ ਸਕਦਾ ਇਹਨਾਂ ਨਾਲ ਉਹਨੇ ਗੱਲਾਂ 'ਤੇ ਉਹ ਜਿਹੜੀ ਸਹਿਮਤੀ ਹੋ ਜਾਵੇ। ਕੁਝ ਪੋਲਿਸੀ ਮੈਟਰ ਸੀਗਾ ਉਹਨਾਂ ਦੇ ਇੱਕ ਲੌਂਗ ਟਰਮ ਹੱਲ ਹੁੰਦਾ, ਉਹਦਾ ਕੋਈ ਰੋਡ ਮੈਪ ਬਣਨ ਦੀ ਕੋਸ਼ਿਸ਼ ਹੋਏਗੀ। ਕੀ ਕਮੇਟੀ ਦੇ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਜਾ ਸਕਦਾ, ਕੁਝ ਇਸ ਤਰੀਕੇ ਦੀ ਵੀ ਗੱਲ ਚੱਲ ਰਹੀ ਕਿਉਂਕਿ ਸੈਂਟਰ ਕਹਿ ਰਹੀ ਹੈ ਇਹ ਨਹੀਂ ਮੰਨ ਰਹੇ? ਨਹੀਂ, ਚਲੋ ਉਹਦੇ 'ਚ ਸਾਰੇ ਸਟੇਕ ਹੋਲਡਰ ਆਉਂਦੇ ਆ, ਕੋਈ ਇੱਕ ਪੋਲਿਸੀ ਮੈਟਰ ਆ, ਇੱਕ ਦਿਨ ਦਾ ਕੰਮ ਨਹੀਂ ਹੁੰਦਾ, ਉਹਦੇ 'ਚ ਬਹੁਤ ਸਾਰੇ ਜਿਹੜੇ ਸਟੇਕ ਹੋਲਡਰਸ ਨੇ, ਕੋਈ ਉਹਦੇ ਵਿੱਚ ਸਾਇੰਟਿਸਟ ਵੀ ਹੁੰਦੇ ਨੇ, ਉਹਦੇ ਵਿੱਚ ਜਿਹੜੇ ਲੀਗਲ ਐਕਸਪਰਟਸ ਵੀ ਹੁੰਦੇ ਨੇ, ਉਹ ਸਾਰੀਆਂ ਚੀਜ਼ਾਂ ਹੋ ਜਾਣਗੀਆਂ। ਔਰ ਉਹਦੇ 'ਚ ਹੋਰ ਵੀ ਯੂਨੀਅਨਸ ਹੁੰਦੀਆਂ ਨੇ, ਸਾਰਿਆਂ ਨੇੜੇ ਫਾਰਮਰਸ ਵੀ ਹੈ। ਜਿਹੜੀ ਨਾਰਾਜ਼ਗੀ ਇਹਨਾਂ ਨੇ ਜ਼ਾਹਰ ਕੀਤੀ ਕਿ ਡਰੋਨ ਇੱਧਰ ਆ ਰਿਹਾ, ਤੁਸੀਂ ਉਹਨਾਂ ਨੂੰ ਲਿਖਤੀ ਤੌਰ 'ਤੇ ਕੰਪਲੇਂਟ ਵੀ ਪ੍ਰਸ਼ਾਸਨ ਵੱਲੋਂ ਕੀਤੀ ਗਈ? ਦੇਖੋ ਇਹਨਾਂ ਨੂੰ ਵੀ ਸਮਝਾਇਆ ਸੀਗਾ ਕਿਉਂਕਿ ਕੁਝ ਯੂਥ ਜਿਹੜਾ ਹੈ ਉਹ ਅੱਗੇ ਜਾਂਦਾ ਸੀਗਾ ਅਤੇ ਉਹ ਇੱਕ ਕਿਉਂਕਿ ਅਸੀਂ ਰਾਤ ਵੀ ਇਹਨਾਂ ਨਾਲ ਆਲਮੋਸਟ 10-11 ਵਜੇ ਤੱਕ ਮੀਟਿੰਗ ਕਰਕੇ ਇਹਨਾਂ ਨੂੰ ਦੱਸਿਆ। ਕਈ ਵਾਰੀ ਇਹਨਾਂ ਦਾ ਵੀ ਜਿਹੜਾ ਉਹ ਆਲੇ ਦੁਆਲੇ ਦੇ ਜਿਹੜੇ ਆ ਜਾਂਦੇ ਨੇ ਉਹ ਅੱਗੇ ਜਾਂਦੇ ਸੀ, ਤਾਂ ਉਹਦੇ ਵਿੱਚ ਵੀ ਇਹ ਲੱਗਦਾ ਸੀ। ਦੇਖੋ ਕੱਲ੍ਹ ਦਾ ਅੱਜ ਪੂਰਾ ਦਿਨ ਜਿਹੜਾ ਇਹਨਾਂ ਨੇ ਕੋਈ ਵੀ ਉੱਥੇ ਐਕਸ਼ਨ ਨਹੀਂ ਲਿਆ ਜਾਂ ਜੋ ਵੀ ਹੈ, ਲੇਕਿਨ ਹੰਝੂ ਗੈਸ ਦੇ ਗੋਲੇ ਚੱਲਦੇ ਰਹੇ। ਉਹਦੇ ਵਿੱਚ ਕੁਛ ਨਾ ਕੁਛ ਜਿਵੇਂ ਕੋਈ ਨੇੜੇ ਜਾਂਦਾ ਸੀਗਾ ਚਾਹੇ ਉਹ ਆਲੇ ਦੁਆਲੇ ਦਾ ਸੀ, ਮੈਂ ਆਪ ਵੀ ਮੌਕੇ 'ਤੇ ਗਿਆ
ਗਿਆ ਵਾ। ਸੋ ਇਹਨਾਂ ਨੇ ਵੀ ਅਪੀਲ ਕੀਤੀ ਹੈ, ਕਈ ਵਾਰੀ ਉਸ ਵੇਲੇ ਮੌਬ ਜਦੋਂ ਮੈਂਟੈਲਿਟੀ ਬਣ ਜਾਂਦੀ ਹੈ ਉਹ ਇਹਨਾਂ ਦੇ ਵੀ ਕੰਟਰੋਲ 'ਚੋਂ ਬਾਹਰ ਹੋ ਜਾਂਦਾ, ਜਿਵੇਂ ਪੱਤਰਕਾਰ ਦੇ ਲੱਗ ਗਿਆ। ਸੋ ਇਹਨਾਂ ਨੂੰ ਅਸੀਂ ਵਾਰ ਵਾਰ ਕਹਿ ਰਹੇ ਹਾਂ, ਬਟ ਇਹ ਹੈ ਕਿ ਅੱਜ ਬਿਲਕੁਲ ਸਾਰਾ ਦਿਨ ਇਹਨਾਂ ਨੇ ਉਹਨਾਂ ਨੂੰ ਅਪੀਲ ਵੀ ਕਰਦੇ ਰਹੇ ਆ ਔਰ ਕੋਈ ਵੀ ਸਾਰੀ ਸੁਖਾਵੀ ਹੈ। ਔਰ ਇਸ ਤਰ੍ਹਾਂ ਦਾ ਜੇ ਮਾਹੌਲ ਬਣੇਗਾ, ਕਿਉਂਕਿ ਇਹਨਾਂ ਨੂੰ ਵੀ ਅਸੀਂ ਇਹੀ ਦੱਸਿਆ ਕਿ ਕੋਈ ਤੁਸੀਂ ਤੋੜਪਾਨ ਕਰਨ ਤਾਂ ਆਏ ਨਹੀਂ ਗਏ, ਕੋਈ ਅਸੀਂ ਇਹਦੇ 'ਚ ਕੋਈ ਵੱਡੀ ਕ੍ਰੈਡੀਬਲ ਗੱਲ ਨਹੀਂ ਹੈਗੀ ਕਿ ਅਸੀਂ ਕੋਈ ਨਾਕਾ ਤੋੜਤਾ, ਅਲਟੀਮੇਟਲੀ ਤਾਂ ਮੁੱਦਿਆਂ ਦੀ ਗੱਲ ਹੈ। ਸੋ ਇਹਨਾਂ ਨਾਲ ਅਸੀਂ ਇਹੀ ਗੱਲ 'ਤੇ ਵਿੱਚ ਵਿਚਾਰ ਗੋਸ਼ਟੀ ਕੀਤੀ ਔਰ ਇਹਨਾਂ ਨੇ ਵੀ ਦੱਸਿਆ ਕਿ ਅਸੀਂ ਕਰਦੇ ਹਾਂ। ਸੋ ਦੋਵੇਂ ਪਾਸੇ ਇਸ ਤਰੀਕੇ ਦੇ ਨਾਲ ਹੋ ਕੇ ਮੈਨੂੰ ਲੱਗਦਾ ਮਾਹੌਲ ਠੀਕ ਰਹੇਗਾ। ਠੀਕ ਹੈ, ਤਾਂ ਹੁਣ ਨਜ਼ਰਾਂ ਗੌਰਵ ਕੱਲ੍ਹ ਦੀ ਮੀਟਿੰਗ ਦੇ ਉੱਤੇ ਨੇ ਔਰ ਸਿੱਧੇ ਤੌਰ ਦੇ ਉੱਤੇ ਕਹੀਏ ਕਿ ਸੀਐਮ ਨੂੰ ਸੱਦਾ ਦੇ ਰਹੇ ਨੇ ਕਿਸਾਨ ਲੀਡਰ ਕਿ ਉਹ ਵੀ ਸ਼ਾਮਲ ਹੋਣ। ਦੂਸਰਾ ਇਹ ਕਿ ਜਿਹੜੀ ਸ਼ਿਕਾਇਤ ਦਿੱਤੀ ਗਈ ਸੀਗੀ ਪੰਜਾਬ ਪੁਲਿਸ ਨੂੰ, ਪੰਜਾਬ ਪ੍ਰਸ਼ਾਸਨ ਨੂੰ, ਕਿ ਐਕਸ਼ਨ ਜਿਹੜਾ ਉਹਨਾਂ ਲੋਕਾਂ ਦੇ ਉੱਤੇ ਹੋਣਾ ਚਾਹੀਦਾ ਵੈ ਜਿਹੜੇ ਨੇ ਇਸ ਤਰੀਕੇ ਦੇ ਮਾਹੌਲ ਖਰਾਬ ਕਰ ਰਹੇ ਨੇ, ਜਾਂ ਫਿਰ ਕੁਛ ਪੱਤਰਕਾਰਾਂ 'ਤੇ ਵੀ ਜਿਹੜਾ ਉਹ ਹਮਲਾ ਹੋਇਆ ਸੀਗਾ ਇਸ ਗੱਲ ਨੂੰ ਵੀ ਸੀ। ਸਰਵਨ ਸਿੰਘ ਪੰਦੇਰ ਹੋਰੀ ਵੀ ਨੇ, ਕਹੋਗੇ ਤਾਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ।